ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪਿਛਲੇ ਕੁਝ ਦਿਨਾਂ ਤੋਂ ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਦਾ ਮੁੱਦਾ ਕਾਫੀ ਭਖਿਆ ਰਿਹਾ ਹੈ, ਜਿਸ ਵਿੱਚ ਕਈ ਪੰਜਾਬੀ ਸਿੰਗਰ ਬੱਬੂ ਮਾਨ ਦੀ ਸਪੋਰਟ ਕਰ ਰਹੇ ਹਨ ਤੇ ਕਈ ਮੂਸੇਵਾਲਾ ਦੇ ਹੱਕ ਵਿੱਚ ਹਨ। ਉੱਥੇ ਹੀ ਕਈ ਪੁਰਾਣੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਪੁੱਠਾ ਸਿੱਧਾ ਬੋਲ ਫੇਮ ਪਾਉਣ ਦੀ ਨਾਕਾਮ ਕੋਸ਼ਿਸ਼ ਵੀ ਕਰ ਰਹੇ ਹਨ, ਪਰ ਸਿੱਧੂ ਮੂਸੇਵਾਲਾ ਇੱਕ ਅਜਿਹੇ ਗਾਇਕ ਹਨ ਜੋ ਆਪਣੇ ਕੰਮ ਨਾਲ ਆਪਣੇ ਹੇਟਰਸ ਨੂੰ ਜਵਾਬ ਦਿੰਦੇ ਹਨ ਤੇ ਮਨਿੰਦਰ ਬਾਠ, ਜੱਸੀ ਜਸਰਾਜ ਮੁੱਖ ਮੰਤਰੀ ਤੋਂ ਬਾਅਦ ਫੇਮ ਪਾਉਣ ਵਾਲਿਆਂ ਦੀ ਲਿਸਟ ਵਿੱਚ ਹੁਣ ਨਾਮ ਆਇਆ ਹੈ ਟਿਕਟੌਕ ਤੋਂ ਮਸ਼ਹੂਰ ਹੋਏ ਗੋਪੀ ਲੌਂਗੀਆ ਦਾ। ਆਓ ਦੇਖਦੇ ਹਾਂ ਕੀ ਬੋਲੇ ਗੋਪੀ ਲੌਂਗੀਆ ਆਖਿਰਕਾਰ ਸਿੱਧੂ ਮੂਸੇਵਾਲਾ ਬਾਰੇ। ਮੈਂ ਗਾਣੇ ਬਾਰੇ ਅਨਾਉਂਸ ਕੀਤਾ ਕਿ ਮੇਰਾ ਮੰਜ਼ਿਲ ਗਾਣਾ ਆ ਰਿਹਾ। ਮੈਂ ਗਾਣੇ ਬਾਰੇ ਅਨਾਉਂਸ ਕੀਤਾ ਤੇ ਉੱਤੇ ਕਮੈਂਟ ਇਹ ਆਏ ਕਿ ਤੂੰ ਹਰੇਕ ਵਾਰੀ ਸਿੱਧੂ ਨੂੰ ਬੁਰਾ ਬੋਲ ਕੇ ਆਪਦੇ ਗਾਣੇ ਚਲਾ ਲੈਂਦਾ, ਐਤਕੀ ਚਲਾ ਕੇ ਦਿਖਾ। ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਮਿੱਤਰੋ, ਮੇਰੇ ਕਿਸੇ ਵੀ ਗਾਣੇ 'ਚ ਮੈਂ ਸਿੱਧੂ ਨੂੰ ਬੁਰਾ ਬੋਲਿਆ ਹੋਵੇ ਜਾਂ ਕਿਸੇ ਵੀ ਸਿੰਗਰ ਨੂੰ ਮੰਦਾ ਚੰਗਾ ਬੋਲਿਆ ਹੋਵੇ, ਮੈਨੂੰ ਇੱਕ ਗਾਣਾ ਇੱਕ ਪੈਰਾ ਮੇਰਾ ਦਿਖਾ ਦਿਓ ਵੀ ਮੈਂ ਕਿਹਨੂੰ ਬੁਰਾ ਬੋਲਿਆ ਆ। ਤੇ ਬਾਕੀ ਗੱਲ ਇਹ ਆ, ਜੇ ਦੁਨੀਆਂ ਦੇ ਜਿਸ ਬੰਦੇ ਨੇ ਟਿਕਣਾ ਨਾ ਇੰਡਸਟਰੀ 'ਚ, ਉਹਨੇ ਆਪਣਾ ਟੈਲੈਂਟ, ਆਪ ਦੀ ਆਵਾਜ਼ ਦਿਖਾ ਕੇ, ਆਪ ਦਾ ਦਮ ਦਿਖਾ ਕੇ ਇੰਡਸਟਰੀ 'ਚ ਟਿਕਣਾ, ਕਿਸੇ ਨੂੰ ਗਾਲਾਂ ਕੱਢ ਕੇ ਨਹੀਂ ਟਿਕਣਾ। ਮੈਂ ਨਵਾਂ ਨਵਾਂ ਆਇਆ ਮੈਂ ਨਵਾਂ ਨਵਾਂ, ਅੱਜ ਤੋਂ ਡੇਢ ਸਾਲ ਪਹਿਲਾਂ ਮੇਰਾ ਇੱਕ ਫਨੀ ਗਾਣਾ ਆਇਆ। ਤੁਸੀਂ ਮੈਨੂੰ ਦੱਸੋ ਮੈਂ ਕਿਹੜੀਆਂ ਸਿੱਧੂ ਨੂੰ ਗਾਲਾਂ ਕੱਢਤੀਆਂ, ਹੋਰ ਦੱਸੋ ਕਿਹੜੇ ਸਿੰਗਰ ਨੂੰ ਮੈਂ ਗਾਲਾਂ ਕੱਢਤੀਆਂ, ਮੇਰਾ ਤਾਂ ਟਰੈਕ ਚੱਲਿਆ। ਨਹੀਂ ਯਾਰ, ਮੈਂ ਲੋਕੀ ਮੇਰੇ ਨਾਲ ਇਮੋਸ਼ਨਲੀ ਜੁੜੇ ਆ, ਜਿਹੜੇ ਦਿਲੋਂ ਮੈਨੂੰ ਪਿਆਰ ਕਰਦੇ ਆ ਤੁਹਾਡੇ ਕਹਿਣ ਦੇ, ਉਹਨਾਂ ਦੇ ਕੋਈ ਫਰਕ ਨਹੀਂ ਆ, ਕਿਉਂਕਿ ਉਹ ਦਿਲੋਂ ਮੈਨੂੰ ਸੁਣਦੇ ਆ। ਜਿਹਨਾਂ ਨੇ ਲੌਂਗੀਆ ਸੁਣਨਾ ਆ, ਮੈਂ ਕਿਸੇ ਤੋਂ ਕੁਛ ਨਹੀਂ ਲੈਣਾ। ਮੈਂ ਨਾ ਸਿੱਧੂ ਤੋਂ ਲੈ ਕੇ ਖਾਂਦਾ ਤੇ ਨਾ ਮੈਂ ਕਿਸੇ ਹੋਰ ਤੋਂ ਲੈ ਕੇ ਖਾਂਦਾ। ਮੈਨੂੰ ਜੇ ਖਾਣ ਨੂੰ ਦਿੰਦੀ ਆ ਨਾ ਮੇਰੀ ਉਹ ਪਬਲਿਕ ਆ, ਜਿਹੜਾ ਨੇ ਮੈਨੂੰ ਖੜਾ ਕੀਤਾ, ਜਿਹੜੇ ਮੈਨੂੰ ਸੁਣਦੇ ਆ, ਜਿਹੜੇ ਮੇਰੇ ਗਾਣੇ ਸ਼ੇਅਰ ਕਰਦੇ, ਜਿਹੜੇ ਮੈਨੂੰ ਪਸੰਦ ਕਰਦੇ ਆ, ਮੈਂ ਉਹਨਾਂ ਦਾ ਦਿੱਤਾ ਖਾਂਦਾ। ਠੀਕ ਆ ਨਾ, ਮੈਂ ਕਿਸੇ ਦਾ ਨਹੀਂ ਘਰੋਂ ਲਿਆ, ਮੈਂ ਮੰਗਣ ਨਹੀਂ ਜਾਂਦਾ। ਜਦੋਂ ਮੈਂ ਭੁੱਖਾ ਮਰਦਾ ਸੀ ਮੈਂ ਉਦੋਂ ਵੀ ਮੰਗਣ ਨਹੀਂ ਸੀ ਜਾਂਦਾ। ਇਹ ਗੱਲ ਮੈਂ ਬਾਰ ਬਾਰ ਕਰਨਾ। ਤੇ ਮੰਗਲ ਗਾਣੇ ਦੀ ਗੱਲ ਆ, ਮੰਗਲ ਗਾਣਾ ਕੱਲ ਨੂੰ ਗਾਣੇ ਦਾ ਮੈਂ ਪੋਸਟਰ ਰਿਲੀਜ਼ ਕਰਦਾ, ਮੂੰਹ ਤੇ ਪੈਰ ਰੱਖ ਕੇ ਮੈਂ ਚਲਾ ਕੇ ਦਿਖਾਊਂਗਾ। ਹੁਣ ਤਾਂ ਨੀ ਮੈਂ ਕਿਸੇ ਨੂੰ ਗਾਲ ਤਾਂ ਨਹੀਂ ਕੱਢੀ, ਸਿੱਧੂ ਨੂੰ ਤਾਂ ਨਹੀਂ ਗਾਲ ਕੱਢੀ, ਕਿਸੇ ਹੋਰ ਨੂੰ ਤਾਂ ਨਹੀਂ ਗਾਲ ਕੱਢੀ। ਤੇ ਗੱਲ ਗੌਰ ਨਾਲ ਖਾਨੇ ਦੇ ਵਿੱਚ ਪਾ ਲਿਓ। ਮੈਂ ਉਹਨਾਂ ਲੋਕਾਂ ਨੂੰ ਕਹਿ ਰਿਹਾ ਜਿਹੜੀ ਇਹ ਚੀਜ਼ ਦਾ, ਮੈਂ ਯਾਰ ਇੰਸਟਾਗ੍ਰਾਮ ਤੇ ਪੋਸਟ ਪਾਉਂਦਾ ਤੁਸੀਂ ਉੱਥੇ ਸਿੱਧੂ ਦਾ ਕਮੈਂਟ ਕਰਦੇ, ਮੈਂ ਕਿਤੇ ਹੋਰ ਪੋਸਟ ਪਾਉਂਦਾ ਤੁਸੀਂ ਫੇਸਬੁੱਕ ਤੇ ਸਿੱਧੂ ਦਾ ਕਮੈਂਟ ਕਰਦੇ ਆ, ਇੱਕ ਤੁਸੀਂ ਪਾਸੇ ਕਹਿੰਦੇ ਸਿੱਧੂ ਦਾ ਤੇ ਮੇਰਾ ਕੋਈ ਤਾਲਮੇਲ ਨਹੀਂ। ਮੈਂ ਆਪ ਕਹਿੰਦਾ ਯਾਰ ਮੇਰਾ ਕੋਈ ਤਾਲਮੇਲ ਨਹੀਂ, ਉਹਦਾ ਬਹੁਤ ਵੱਡਾ ਲੈਵਲ ਆ, ਉਹਦਾ ਟ੍ਰੈਂਡ ਚੱਲਦਾ, ਮੇਰਾ ਕੋਈ ਲੈਵਲ ਨਹੀਂ। ਤੇ ਤੁਸੀਂ ਆਪ ਇਹ ਕਮੈਂਟ ਕਰਕੇ ਮੇਰੀ ਉਹਦੇ ਨਾਲ ਤੁਲਨਾ ਕਰਦੇ, ਤੁਸੀਂ ਆਪ ਕਰਦੇ ਨਾ, ਮੈਂ ਤਾਂ ਨਹੀਂ ਤੁਹਾਨੂੰ ਕੁਛ ਕਿਹਾ। ਤੇ ਮੈਂ ਮੇਰੀ ਵਾਰਨਿੰਗ ਕਹਿ ਲਓ, ਚੈਲੰਜ ਕਹਿ ਲਓ, ਮੈਂ ਕੱਲ ਨੂੰ ਮੰਦਰ ਗਾਣੇ ਦਾ ਪੋਸਟਰ ਰਿਲੀਜ਼ ਕਰ ਰਿਹਾ ਆ ਤੇ ਮੈਂ ਚਲਾ ਕੇ ਦਿਖਾਊਂਗਾ, ਮੇਰਾ ਚੈਲੰਜ ਵਾ। ਠੀਕ ਆ ਨਾ ਗਾਣਾ, ਬਾਕੀ ਗੱਲ ਫੇਰ ਕਹਿਣਾ ਤੁਸੀਂ ਅਹੰਕਾਰ ਆ ਗਿਆ, ਇਹ ਗੱਲ ਕਹਿ ਰਿਹਾ ਵੀ ਮੈਂ ਚਲਾ ਕੇ ਦਿਖਾਊਂਗਾ, ਮੈਂ ਚਲਾ ਕੇ ਨਹੀਂ ਦਿਖਾਊਂਗਾ। ਇਹ ਵੀਡੀਓ ਉਹਨਾਂ ਨੇ ਵੀ ਸੁਣਨੀ ਆ ਜਿਹੜੇ ਮੈਨੂੰ ਦਿਲੋਂ ਪਿਆਰ ਕਰਦੇ, ਜਿਹੜੇ ਮੈਨੂੰ ਸਪੋਰਟ ਕਰਦੇ ਆ। ਠੀਕ ਆ ਨਾ, ਗਾਣਾ ਇੱਦਾਂ ਨੋਕ ਤੇ ਰੱਖ ਕੇ ਚਲਾ ਕੇ ਦਿਖਾਊਂਗਾ। ਨਾਲੇ ਯਾਰ ਮੈਂ ਕਦੀ ਅਸਲੇ ਨੂੰ ਪ੍ਰਮੋਟ ਨਹੀਂ ਕੀਤਾ, ਕਦੀ ਮੈਂ ਗੰਦ ਮੰਦ ਨਹੀਂ ਗਾਇਆ, ਕਦੀ ਕੁੜੀਆਂ ਦੇ ਲੱਕ ਨਹੀਂ ਮਿਣੇ, ਕਦੀ ਮੈਂ ਇਹਨਾਂ ਕੋ ਫੁਕਰੀ ਨਹੀਂ ਮਾਰੀ, ਮੈਂ ਕਦੀ ਹਮੇਸ਼ਾ ਜੀ ਜੈਨੂਅਨ ਗਾਉਂਦਾ। ਗੌਰ ਨਾਲ ਸੁਣ ਲਓ, ਮੇਰਾ ਚੈਲੰਜ ਆ, ਕੱਲ ਨੂੰ ਮੰਜ਼ਿਲ ਦਾ ਪੋਸਟਰ ਮੈਂ ਰਿਲੀਜ਼ ਕਰ ਰਿਹਾ, ਦੇ ਲਿਓ, ਪਤਾ ਲੱਗ ਜੂਗਾ ਕਿਹੜਾ ਕੰਨੇ ਪਾਣੀ 'ਚ ਆ, ਕਿਹੜਾ ਕੰਨੇ ਪਾਣੀ 'ਚ ਆ। ਆਪਣੀ ਕਿਸੇ ਨਾਲ ਕੋਈ ਕਹਾਣੀ ਨਹੀਂ ਆ, ਇਹ ਚੀਜ਼ ਨੂੰ ਵਧਾਓ ਨਾ, ਨਾ ਲੈਣ ਦਿਓ। ਜੇ ਮੈਂ ਚੁੱਪ ਬੈਠਾ ਮੈਨੂੰ ਚੁੱਪ ਰਹਿਣ ਦਿਓ। ਸਾਰੇ ਭਰਾ ਵਧੀਆ ਆ, ਸਿੱਧੂ ਵੀ ਵਧੀਆ ਆ, ਸਾਰੇ ਵਧੀਆ ਯਾਰ, ਸਭ ਘੈਂਟ ਆ, ਲਵ ਯੂ। ਆਪਣਾ ਕਿਸੇ ਨਾਲ ਕੋਈ ਰਫੜਾ ਨਹੀਂ, ਮੇਰੀ ਵੀਡੀਓ ਤੇ ਸਿੱਧੂ ਦੇ ਅਗੇਨ ਕੋਈ ਕਮੈਂਟ ਨਾ ਕਰੇ, ਹੱਥ ਜੋੜ ਕੇ ਕਹਿ ਲਓ ਜਾਂ ਉੱਦਾਂ ਕਹਿ ਲਓ, ਜਿੱਦਾਂ ਵੀ ਜਿਹੜੇ ਬੰਦੇ ਜਿੱਦਾਂ ਮੰਨਦੇ ਆ ਮੈਂ ਉੱਦਾਂ ਕਹਿ ਲੈਣਾ। ਤੇ ਲਵ ਯੂ ਆ ਸਾਰਿਆਂ ਨੂੰ ਯਾਰ, ਇੱਦਾਂ ਦੀ ਚੀਜ਼ ਨਾ ਕਿਹਾ ਕਰੋ। ਮੰਦਰ ਗਾਣਾ ਚਲਾ ਕੇ ਦਿਖਾਉਣਾ, ਕੱਲ ਨੂੰ ਸਵੇਰੇ ਮੈਂ ਪੋਸਟਰ ਰਿਲੀਜ਼ ਕਰ ਰਿਹਾ ਚੈਲੰਜ ਦੇ ਨਾਲ, ਚੈਲੰਜ। ਲਵ ਯੂ ਆ ਸਾਰਿਆਂ ਨੂੰ।
दूसरी अपडेट की गल करिए नवी पीढ़ी के मशहूर सिंगर गायक सिद्धू मूसेवाला की ही है। बीते दिन तो सोशल मीडिया से एक न्यूज़ पेपर की तस्वीर वायरल हो रही है जिस विच लिखा है कि कई वड्डियां वारदातों अंजाम देने वाले दो अपराधियों पुलिस वालों गिरफ्तार किया गया है, जिन अपराधियों वालों सिद्धू मूसेवाला गोली मार डरा के 50 लाख की फरौती मंगने की योजना बनाई गई थी, जिस तो पहला ही उन्होंने हथियार समेत जलंधर के नेड़े तो ही काबू कर लिया है। इस बारे अजे तक कुछ भी चंगी तरह साफ नहीं हो सकिया, पर यह सिद्धू मूसेवाला के किसी विरोधी की चाल भी हो सकती है। तुहानू की लगता है इस बारे तुसी अपने कमेंट कर जरूर दसना। गल करते हैं अगली अपडेट की, जो कि इस वीडियो की आखिरी अपडेट है। बीते दिन सिद्धू मूसेवाला खुद पंजाबी इंडस्ट्री के मशहूर ते नामवर एक्टर गग्गू गिल के घर गए और उन्होंने वालों एक तस्वीर अपने सोशल मीडिया से भी साझी की गई। इस तो अलावा होर भी कई तस्वीर सोशल मीडिया से वायरल हो रही हैं, जिन्होंने सिद्धू मूसेवाला गग्गू गिल साहब के अगे झुक के दोवें हाथ जोड़ के उन्होंने सत श्री अकाल बुला रहे हैं। इस तो अलावा एक तस्वीर में सिद्धू मूसेवाला के नाल गग्गू गिल समेत एमी विर्क भी खड़े हैं। हो सकता है कि सिद्धू मूसेवाला गग्गू गिल नाल अगे कोई बहुत वड्डा धमाका लैके आ रहे होण। यह तो उदों ही पता लगेगा कि यह धमाका फिल्म होवेगी जां कोई वखरा गीत जिस विच सानू गग्गू गिल दिखाई देणगे। हालांकि इस बारे सिद्धू मूसेवाला वालों कुछ भी नहीं दस्या गया है कि वह गग्गू गिल साहब नूं क्यों मिले हन। शायद यह उन्होंने चाहण वालियां लई एक वड्डा सरप्राइज ही होवे। इस वीडियो में इन्ना ही मिलते हैं तुहानू पंजाबी इंडस्ट्री के किसी होर नवे अपडेट के नाल। जेकर तुसी भी पंजाबी इंडस्ट्री का कोई अपडेट साढ़े नाल सांझा करना चाहते हो तो सानू इंस्टाग्राम से फॉलो करके DM कर उसकी जानकारी दे सकते हो। सब तो पहला जानकारी देने वाले का नाम वीडियो में मैनशन किया जाएगा। जेकर तुहानू इस वीडियो विचली जानकारी वधिया लगी तो इस वीडियो में लाइक जरूर करना, जेकर तुसी भी सिद्धू मूसेवाला के फैन हो तो इस वीडियो में मूसेवाला जिंदाबाद लिखना ना भुलना। मिलते हैं किसी होर नवी अपडेट के नाल। जेकर तुसी इस चैनल के नवे हो तो इस तरह पंजाबी इंडस्ट्री नाल जुड़ियां हर नवी अपडेट्स नूं सब तो पहला देखने लई इस चैनल नूं सबसक्राइब कर घंटी वाले बटन नूं दबाउणा ना भुलना। तुहाडा दिन शुभ रहे, धन्यवाद।